ਕੰਪੇਅਰ ਤਾਂ ਜੀ ਮੈਂ ਚਲੋ ਕੀ ਕਰਨਾ, ਮੈਂ ਤਾਂ ਹਲੇ ਬਹੁਤ ਛੋਟਾ, ਚਲੋ ਹੈ ਨਾ ਹੌਲੀ ਹੌਲੀ ਕੰਮ ਕਰਦੇ ਹਾਂ, ਹਲੇ ਇੱਕ ਦੋ ਸਾਲ ਦੇਖਦੇ ਹਾਂ ਕੀ ਬਣਦਾ, ਫਿਰ ਦੱਸਾਂਗੇ, ਹਲੇ ਪਹਿਲਾਂ ਮੜ ਜਾ ਕਰ ਲਈਏ ਕੁਛ, ਹੈ ਨਾ। ਜਦੋਂ ਮੈਨੂੰ ਸਟੋਰੀ ਸੁਣਾਈ, ਮੈਨੂੰ ਸਟੋਰੀ ਬਾ ਕਮਾਲ ਲੱਗੀ, ਬਹੁਤ ਸੋਹਣੀ ਸੀ, ਅਤੇ ਇਹਨਾਂ ਦੇ ਸੁਣਾਉਣ ਦਾ ਢੰਗ ਬਹੁਤ ਸੋਹਣਾ ਸੀਗਾ, ਅਤੇ ਜੇ ਉਹਨਾਂ ਨੂੰ ਮੈਂ ਵਧੀਆ ਲੱਗਾ ਤਾਂ ਉਹਨਾਂ ਨੇ ਮੇਰੇ ਨਾਲ ਨੈਕਸਟ ਮੂਵੀ ਕਰਨੀ ਹੈ, ਜੇ ਮੈਨੂੰ ਉਹ ਵਧੀਆ ਲੱਗਣਗੇ ਮੈਂ ਤਾਂ ਕਰੂੰਗਾ। ਕਮੈਂਟ ਤਾਂ ਜੀ ਸਾਰੇ ਇੱਕੋ ਜਿਹੇ ਹੁੰਦੇ ਨੇ, ਸਾਰੇ ਬਸ ਲਵ ਯੂ ਜੀ, ਸਪੋਰਟ ਆ ਜੀ, ਸਾਰਾ ਕੁਛ ਹੈ, ਅਤੇ ਮੈਂ ਸਾਰਿਆਂ ਨੂੰ ਬਸ ਇਹੀ ਕਹਿਣਾ ਕਿ 3 ਦਸੰਬਰ ਨੂੰ ਜਾ ਕੇ ਤੁਸੀਂ ਮੂਵੀ ਜ਼ਰੂਰ ਦੇਖੋ, ਕਦੇ ਹਾਂ ਕਦੇ ਨਾ, ਜੇ ਸਿੰਘਾ ਬੋਲਦਾ ਹੈ ਜੀ ਅਤੇ ਇੱਦਾਂ ਹੀ ਬੋਲਦਾ ਰਹੂਗਾ, ਆਪਾਂ ਇੱਕ ਟੋਕ ਕੇ ਬੋਲਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ, ਮੈਂ ਪੂਨਮ ਚੌਧਰੀ, ਅਤੇ ਅੱਜ ਅਸੀਂ ਚੰਡੀਗੜ੍ਹ ਪਹੁੰਚੇ ਹੋਏ ਹਾਂ ਜਿੱਥੇ ਫਿਲਮ ਕਦੇ ਹਾਂ ਕਦੇ ਨਾ ਦਾ ਮਿਊਜ਼ਿਕ ਲਾਂਚ ਹੋ ਰਿਹਾ ਹੈ। ਸੋ ਫਿਲਮ ਦਾ ਟ੍ਰੇਲਰ ਆਲਰੇਡੀ ਤੁਸੀਂ ਸੋਸ਼ਲ ਮੀਡੀਆ 'ਤੇ ਵੇਖ ਚੁੱਕੇ ਹੋ, ਕਾਫੀ ਪਸੰਦ ਵੀ ਕੀਤਾ ਜਾਂਦਾ, ਅਤੇ ਫਿਲਮ ਦੇ ਟ੍ਰੇਲਰ ਦੇ ਨੀਚੇ ਨਾ ਇੱਕ ਜਿਹੜੀ ਟੈਗ ਲਾਈਨ ਉਹ ਵੇਖਣ ਨੂੰ ਮਿਲ ਰਹੀ ਹੈ, ਸਿੰਘਾ ਬੋਲਦਾ ਵੀਰੇ। ਜਦ ਵੀ ਸਿੰਘੇ ਦਾ ਕੋਈ ਪ੍ਰੋਜੈਕਟ ਆਉਂਦਾ ਨੇ, ਟੈਗ ਲਾਈਨ ਜ਼ਰੂਰ ਲੋਕ ਕਮੈਂਟ ਕਰਦੇ ਨੇ, ਸੋ ਫਾਈਨਲੀ ਸਿੰਘਾ ਇੱਕ ਗਾਣਾ ਪੂਰਾ ਲੈ ਕੇ ਆ ਰਹੇ ਨੇ, ਸੋ ਅਸੀਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਿੰਘਾ ਬੋਲਦਾ, ਸਿੰਘਾ ਬੋਲਦਾ, ਮਤਲਬ ਬਹੁਤ ਵਾਰ ਅਸੀਂ ਹਰ ਗਾਣੇ ਦੇ ਵਿੱਚ ਟੈਗ ਲਾਈਨ ਸੁਣੀ ਹੈ। ਸੋ ਇਹ ਗਾਣਾ ਜਿਹੜਾ ਇਸ ਫਿਲਮ ਦੇ ਵਿੱਚ ਪਾਇਆ ਗਿਆ, ਤੁਹਾਡੀ ਲੀਡ ਐਕਟਰ ਦੇ ਤੌਰ 'ਤੇ ਡੈਬਿਊ ਫਿਲਮ ਹੈ, ਸੋ ਇਹ ਡਿਮਾਂਡ ਤੁਹਾਡੇ ਵੱਲੋਂ ਸੀ ਜਾਂ ਪ੍ਰੋਡਿਊਸਰਸ ਵੱਲੋਂ ਸੀ ਕਿ ਆਪਾਂ ਇਹ ਟੈਗ ਲਾਈਨ 'ਤੇ ਗਾਣਾ ਬਣਾ? ਨਹੀਂ, ਇਹਨਾਂ ਨੇ ਗਾਣਾ ਬਣਾ ਕੇ ਪਹਿਲਾਂ ਹੀ ਦਿੱਤਾ ਮੈਨੂੰ, ਅਨੂਪ ਭਾਜੀ ਹੋਣਾ ਨੇ, ਜਿਨ੍ਹਾਂ ਨੇ ਸਾਰਾ ਮਿਊਜ਼ਿਕ ਕੀਤਾ ਫਿਲਮ ਦਾ, ਅਤੇ ਆਲਰੇਡੀ ਇਹਨਾਂ ਨੇ ਗਾਣਾ ਬਣਾਇਆ ਹੋਇਆ ਸੀਗਾ, ਅਤੇ ਮੈਨੂੰ ਤਾਂ ਸੁਣਾਇਆ ਕਹਿੰਦੇ, ਅਤੇ ਇੱਕ ਸ਼ੁਭਮ ਵੀਰਾ ਅਤੇ ਸੁਨੀਲ ਭਾਜੀ ਜਿਨ੍ਹਾਂ ਨੇ ਡਾਇਰੈਕਟ ਕੀਤੀ ਆ, ਉਹ ਕਹਿੰਦੇ ਸੀਗੇ, ਕਹਿੰਦੇ ਕਿ ਆਪਾਂ ਇੱਦਾਂ ਦਾ ਟਾਈਟਲ ਟਰੈਕ ਪਾ ਸਕਦੇ ਹਾਂ। ਮੈਂ ਕਿਹਾ ਤੁਸੀਂ ਮਰਜ਼ੀ ਆ ਵੀ, ਤੁਹਾਡੀ ਫਿਲਮ ਹੈ, ਮੈਂ ਕੀ ਕਹਿ ਸਕਦਾ, ਹੈ ਨਾ। ਅਤੇ ਫਿਰ ਉਹਨਾਂ ਨੇ ਗਾਣਾ ਬਣਾ ਕੇ ਦਿੱਤਾ ਸੀ, ਮੈਨੂੰ ਸੋਹਣਾ ਲੱਗਾ, ਅਤੇ ਫਿਰ ਆਪਾਂ ਸਾਰਾ ਕੰਮ ਅੱਗੇ ਸ਼ੂਟ ਵਗੈਰਾ ਸਾਰਾ ਕੁਛ। ਅਤੇ ਫਿਲਮ ਦੀ ਸਟਾਰਟਿੰਗ ਦੇ ਵਿੱਚ ਨਾ ਟ੍ਰੇਲਰ ਦੇ ਵਿੱਚ ਇੱਕ ਡਾਇਲੋਗ ਆ, ਅਮਿਤਾਭ ਬੱਚਨ, ਸ਼ਸ਼ੀ ਕਪੂਰ ਅਤੇ ਜਿਤੇਂਦਰ ਨੂੰ ਮਿਕਸ ਵਿੱਚ ਪਾ ਦਈਏ ਤਾਂ ਇਹ ਮੁੰਡਾ ਜਿਹੜਾ ਸਿੰਘਾ ਨਿਕਲੇਗਾ। ਤੁਸੀਂ ਆਪਣੇ ਆਪ ਨੂੰ ਬਾਲੀਵੁੱਡ ਦੇ ਕਿਸ ਐਕਟਰ ਦੇ ਨਾਲ ਰੀਅਲੀ ਕੰਪੇਅਰ ਕਰੋਗੇ ਜਾਂ ਜਿਹਦੇ ਵਰਗੇ ਬਣਨਾ ਚਾਹੁੰਦੇ? ਕੰਪੇਅਰ ਤਾਂ ਜੀ ਮੈਂ ਚਲੋ ਕੀ ਕਰਨਾ, ਮੈਂ ਤਾਂ ਹਲੇ ਬਹੁਤ ਛੋਟਾ, ਚਲੋ ਹੈ ਨਾ ਹੌਲੀ ਹੌਲੀ ਕੰਮ ਕਰਦੇ ਹਾਂ, ਹਲੇ ਇੱਕ ਦੋ ਸਾਲ ਦੇਖਦੇ ਹਾਂ ਕੀ ਬਣਦਾ, ਫਿਰ ਦੱਸਾਂਗੇ, ਹਲੇ ਪਹਿਲਾਂ ਮੜ ਜਾ ਕਰ ਲਈਏ ਕੁਛ, ਹੈ ਨਾ। ਹਲੇ ਤਾਂ ਕੀਤਾ ਹੀ ਕੱਖ ਨਹੀਂ, ਹਲੇ ਕੌਣ ਜਾਣਦਾ ਸਿੰਘਿਆਂ ਨੂੰ, ਕੋਈ ਵੀ ਨਹੀਂ ਜਾਣਦਾ ਹਲੇ। ਹਲੇ ਫੈਨਸ ਜਾਣਦੇ ਨੇ, ਅਤੇ ਫੈਨਸ ਕਾਫੀ ਜਿਹੜੀ ਤਾਰੀਫ ਹੈ ਉਹ ਕਰ ਰਹੇ ਨੇ ਟ੍ਰੇਲਰ ਦੀ। ਜਦੋਂ ਫਿਲਮ ਤੁਹਾਡੇ ਕੋਲ ਆਈ ਸੀ, ਪ੍ਰੋਜੈਕਟ ਤੁਹਾਡੇ ਕੋਲ ਆਇਆ ਸੀ, ਫਿਲਮ ਦੀ ਕਹਾਣੀ ਜਿਹੜੀ ਟ੍ਰੇਲਰ ਦੇ ਵਿੱਚ ਸਾਫ਼ ਨਹੀਂ ਹੋ ਰਹੀ ਹੈ, ਕਾਫੀ ਕਨਫਿਊਜ਼ਨ ਟ੍ਰੇਲਰ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ, ਸੋ ਤੁਹਾਡੇ ਕੋਲ ਜਦੋਂ ਫਿਲਮ ਆਈ ਸੀ ਤਾਂ ਤੁਹਾਡਾ ਪਹਿਲਾਂ ਰਿਐਕਸ਼ਨ ਕੀ ਸੀ? ਜਦੋਂ ਮੈਂ ਸਟੋਰੀ ਸੁਣੀ ਸੀ ਨਾ, ਸੁਨੀਲ ਭਾਅ ਜੀ ਨੇ ਸੁਣਾਈ ਸੀ ਮੈਨੂੰ, ਅਤੇ ਮੈਂ ਤਾਂ ਆਪ ਹੱਸ ਹੱਸ ਦੋਹਰਾ ਹੋ ਗਿਆ ਸੀ, ਅਤੇ ਮੇਰੇ ਨਾਲ ਵੀਰਾ ਸੀਗਾ। ਐਕਚੁਲੀ ਨਾ ਮੈਨੂੰ ਕਾਫੀ ਚੀਜ਼ ਕਾਫੀ ਫਿਲਮਾਂ ਦੀ ਔਫਰਸ ਆਈ ਸੀ, ਮੇਰੇ ਖਿਆਲ 7 ਕੁ ਦਿਨਾਂ 'ਚ ਮੈਂ 14 ਸਕ੍ਰਿਪਟਾਂ ਸੁਣੀਆਂ ਸੀਗੀਆਂ। ਮੈਨੂੰ ਇੰਨੇ ਡਾਇਰੈਕਟਰ, ਪਹਿਲਾਂ ਐਕਸ਼ਨ ਬਹੁਤ ਆਉਂਦਾ ਸੀ, ਐਕਸ਼ਨ ਮੂਵੀਜ਼ ਦੇ ਜ਼ਿਆਦਾ ਮੈਨੂੰ, ਹੈ ਨਾ। ਅਤੇ ਬਟ ਮੈਨੂੰ ਇੱਦਾਂ ਲੱਗਦਾ ਸੀ ਕਿ ਜੇ ਮੈਂ ਇੱਕ ਵਾਰ ਐਕਸ਼ਨ ਕਰ ਲਈ ਤਾਂ ਮੈਨੂੰ ਸਾਰੇ ਜਾਣੇ, ਕਿਉਂਕਿ ਆਲਰੇਡੀ ਗਾਣੇ ਮਿਲੇ ਪਹਿਲਾਂ ਮਾਰ, ਹੈ ਨਾ, ਗਾਣੇ ਹਾਲਾਂਕਿ ਮੇਰੇ ਰੋਮੈਂਟਿਕ ਵੀ ਚੱਲੇ ਨੇ ਪਰ ਮੈਨੂੰ ਸਾਰੇ ਐਕਸ਼ਨ ਹੀਰੋ ਹੀ ਸਮਝਦੇ ਆ। ਸੋ ਮੈਂ ਸੋਚਿਆ ਕਿ ਇੱਕ ਵਾਰੀ ਆ ਫੈਮਿਲੀ ਆਡੀਅੰਸ ਲਈ ਮੈਂ ਕੁਛ ਬਣਾਵਾਂ ਕਿ ਜਿਹਦੇ ਨਾਲ ਚਲੋ ਐਕਸ਼ਨਸ ਵੀ ਕਰੂੰਗਾ ਅੱਗੇ, ਉਹ ਵੀ ਕੀਤੀਆਂ ਨੇ ਸਾਈਨ। ਅਤੇ ਬਾਕੀ ਜਦੋਂ ਮੈਨੂੰ ਸਟੋਰੀ ਸੁਣਾਈ, ਮੈਨੂੰ ਸਟੋਰੀ ਬਾ ਕਮਾਲ ਲੱਗੀ, ਬਹੁਤ ਸੋਹਣੀ ਸੀ, ਅਤੇ ਇਹਨਾਂ ਦੇ ਸੁਣਾਉਣ ਦਾ ਢੰਗ ਬਹੁਤ ਸੋਹਣਾ ਸੀਗਾ, ਅਤੇ ਕਾਫੀ ਚੀਜ਼ਾਂ ਫਿਰ ਵਿੱਚੋਂ ਆਪਾਂ ਕਰਕੇ ਸੈਟਿੰਗ ਕੱਟ ਵੱਢ ਕਰਕੇ। ਅੱਛਾ, ਹਰ ਫਿਲਮ ਹਰ ਪ੍ਰੋਜੈਕਟ ਜਦੋਂ ਵੀ ਆਉਂਦਾ ਤਾਂ ਹਰ ਸੈਲੀਬ੍ਰਿਟੀ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਉਸਦੀ ਪ੍ਰਮੋਸ਼ਨ ਕਰਦਾ, ਲੇਕਿਨ ਸਿੰਘਾ ਸਿਰਫ ਪ੍ਰੋਜੈਕਟਸ ਤੋਂ ਇਲਾਵਾ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦਾ। ਹਾਲ ਫਿਲਹਾਲ ਹੀ ਤੁਸੀਂ ਇੱਕ ਪੋਸਟ ਪਾਈ ਸੀ ਜੋ ਕਿ ਕਾਫੀ ਕੰਟਰੋਵਰਸ਼ੀਅਲ ਵੀ ਸੀਗੀ, ਲੇਕਿਨ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇੰਡਸਟਰੀ ਦੇ ਅੰਦਰ ਦੀ ਜਿਹੜੀ ਬੁਰਾਈਆਂ ਨੇ ਉਹਨਾਂ ਬਾਰੇ ਗੱਲ ਕਰਦੇ ਆ। ਸੋ ਤੁਸੀਂ ਕਾਸਟਿੰਗ ਕਾਊਚ ਬਾਰੇ ਗੱਲ ਕੀਤੀ ਸੀ, ਕੀ ਤੁਹਾਨੂੰ ਵਾਕਈ ਲੱਗਦਾ ਕਿ ਜਦੋਂ ਤੁਸੀਂ ਹੁਣ ਇੰਡਸਟਰੀ ਦੇ ਵਿੱਚ ਖੁਦ ਵੀ ਲੀਡ ਤੌਰ 'ਤੇ ਆਪਣੀ ਸ਼ੁਰੂਆਤ ਕਰ ਰਹੇ ਹੋ, ਕੀ ਤੁਹਾਨੂੰ ਵੀ ਕਦੇ ਲੱਗਾ ਕਿ ਕਦੀ ਕੋਈ ਪਰਸਨਲ ਐਕਸਪੀਰੀਅੰਸ ਹੋਇਆ ਹੋਵੇ ਕਿ ਜਦੋਂ ਤੁਸੀਂ ਬਤੌਰ ਸਿੰਗਰ ਆ ਰਹੇ ਸੀ ਜਾਂ ਬਤੌਰ ਐਕਟਰ ਆ ਰਹੇ ਹੋ, ਕਦੀ ਕਿਤੇ ਲੱਗਾ ਹੋਵੇ ਕਿਸੇ ਬੰਦੇ ਦੇ ਨਾਲ ਕਿ ਹਾਂ ਕੋਈ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ? ਹਾਂਜੀ ਬਿਲਕੁਲ ਹੋਇਆ, ਮੈਂ ਹੁਣ ਕੀ ਬੋਲੂੰਗਾ, ਚਲੋ ਟਕੀਏ ਰਹਿਣ ਤੋਂ ਗੱਲ, ਬਟ ਪਰਸਨਲੀ ਐਕਸਪੀਰੀਅੰਸ ਪਰਸਨਲੀ ਵੀ ਹੋਇਆ। ਮੈਨੂੰ ਪਤਾ ਹੈ ਜੀ, ਮੇਰੇ ਅੱਖਾਂ ਦੇ ਸਾਹਮਣੇ ਹੋਇਆ, ਅਸੀਂ ਲੜੇ ਵੀ ਹਾਂ, ਮੈਂ ਸਟੈਂਡ ਵੀ ਲਿਆ ਸਾਰਿਆਂ ਲਈ, ਅਤੇ ਚਲੋ ਉਹ ਤਾਂ ਵਿਚਲੀ ਗੱਲ ਹੈ, ਛੱਡੋ। ਬਾਕੀ ਇੰਨਾ ਜੇ ਸਿੰਘਾ ਬੋਲਦਾ ਹੈ ਜੀ ਅਤੇ ਇੱਦਾਂ ਹੀ ਬੋਲਦਾ ਰਹੂਗਾ, ਆਪਾਂ ਇੱਕ ਟੋਕ ਕੇ ਬੋਲਾਂਗੇ। ਬਾਕੀ ਵਾਹਿਗੁਰੂ ਕਰੇ, ਪਰਮਾਤਮਾ ਦਾ ਜੇ ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਹੈ, ਫਿਰ ਤਾਂ ਜੀ ਚੱਲੀ ਜਾਣਾ। ਜੇ ਤੁਸੀਂ ਨਹੀਂ ਬੋਲੋਗੇ ਮੈਨੂੰ ਲੱਗਦਾ ਫਿਰ ਇੰਡਸਟਰੀ 'ਚ ਕੌਣ ਬੋਲੇਗਾ? ਜੇ ਮੈਨੂੰ ਪਤਾ ਮੈਂ ਬੋਲੂੰਗਾ ਨਹੀਂ, ਮੈਂ ਵੀ ਘਸੁੰਨ ਪੱਟਾ ਜਿਹਾ ਬਣ ਕੇ ਬੈਠਾ ਰਹੂੰਗਾ, ਅਤੇ ਬਾਕੀ ਬਾਕੀ ਵੀ ਬੈਠੇ ਨੇ ਫਿਰ ਬਾਕੀਆਂ ਵਰਗਾ ਥੋੜ੍ਹੀ ਸਿੰਘਾ ਸਿੰਘਾ ਤਾਂ ਫਿਰ ਇਕੱਲਾ ਹੀ ਆ ਜੀ ਇੰਡਸਟਰੀ 'ਚ, ਫਿਰ ਉਹਦਾ ਬੋਲੇਗਾ। ਅੱਛਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਗਰ ਕਾਸਟਿੰਗ ਕਾਊਚ ਨੂੰ ਲੈ ਕੇ ਮੈਂ ਬੋਲ ਰਿਹਾ ਵਾਂ, ਅਗਰ ਤੁਹਾਡੀ ਕਿਸੇ ਫਿਲਮ ਦੀ, ਇਕੱਲੀ ਕਾਸਟਿੰਗ ਕਾਊਚ ਦੀ ਗੱਲ ਨਹੀਂ ਕਰਦਾ ਪਿਆ ਮੈਂ ਕਰਦਾ ਪਿਆ ਕਿ ਜਿਹੜੀ ਚੀਜ਼ ਮੈਨੂੰ ਗਲਤ
कि जिहड़ी चीज़ मैनू गलत लगती है, चाहे किसी नूं मैं बोलिया सीगा जदों एक माता जी ते कमेंट कीता सी कंगना रनावत ने, मैं उदों भी बोलिया सी क्योंकि मैनू नहीं सही लगा, मैं इस बारी भी बोलिया मैनू नहीं सही लगा, चाहे मैनू थोड़े देखते चाहे मैनु ज़्यादा देखते, पर जिन्ने के भी देखते उन्होंने एक गल पता होनी चाहिए आ कि जे सिंघा बोलता आ तो किसी रीज़न करके बोलता आ, एवं हवा च नहीं मारता। ਕੀ ਸਿੰਘਾ ਬੋਲ ਕੇ ਆਪਣੇ ਵਰਡਸ ਤੇ ਸਟੈਂਡ ਵੀ ਕਰਦਾ, ਜਿਵੇਂ ਤੁਸੀਂ ਕਿਹਾ ਕਾਸਟਿੰਗ ਕਾਊਚ ਨੂੰ ਲੈ ਕੇ ਤੁਸੀਂ ਗੱਲ ਕੀਤੀ, ਅਗਰ ਤੁਹਾਡੀ ਅਪਕਮਿੰਗ ਕਿਸੇ ਵੀ ਫਿਲਮ ਦੇ ਵਿੱਚ ਅਗਰ ਕਿਸੇ ਹੀਰੋਇਨ ਦੇ ਨਾਲ ਤੁਹਾਨੂੰ ਪਤਾ ਲੱਗਦਾ ਕਿ ਐਕਸਪੀਰੀਅੰਸ ਹੈ, ਜਿਵੇਂ ਸੰਜਨਾ ਇਸ ਫਿਲਮ ਦੇ ਵਿੱਚ ਨਵੀਂ ਆਈ ਆ, ਕੱਲ੍ਹ ਨੂੰ ਕੋਈ ਨਵੀਂ ਹੀਰੋਇਨ ਆਉਂਦੀ ਹੈ ਜੋ ਨੂੰ ਤੁਹਾਡੀ ਫਿਲਮ ਦੇ ਵਿੱਚ ਅਗਰ ਕਿਸੇ ਡਾਇਰੈਕਟਰ ਪੱਖੋਂ ਪ੍ਰੋਡਿਊਸਰ ਪੱਖੋਂ ਇਸ਼ੂ ਜਿਹੜਾ ਫੇਸ ਕਰਨਾ ਪੈ ਰਿਹਾ, ਕੀ ਤੁਸੀਂ ਉਸ ਫਿਲਮ ਦੇ ਵਿੱਚ ਫਿਰ ਵੀ ਕੰਮ ਕਰੋਗੇ ਜਾਂ ਉੱਥੇ ਵੀ ਸਟੈਂਡ ਲਓ? ਪਹਿਲੀ ਗੱਲ ਤਾਂ ਜੇ ਕੋਈ ਇਦਾਂ ਦਾ ਹੋਊਗਾ ਉਹ ਮੈਨੂੰ ਫਿਲਮ ਦੇ ਵਿੱਚ ਸਾਈਨ ਹੀ ਨਹੀਂ ਕਰੂਗਾ, ਕਿਉਂਕਿ ਜੇ ਮੈਂ ਇਸ ਚੀਜ਼ ਦੇ ਖਿਲਾਫ ਹਾਂ ਤਾਂ ਪ੍ਰੋਡਿਊਸਰ ਡਾਇਰੈਕਟਰ ਨੂੰ ਪਤਾ ਹੋਊਗਾ ਕਿ ਯਾਰ ਜੇ ਸਿੰਘਾ ਇਸ ਚੀਜ਼ ਦੇ ਖਿਲਾਫ਼ ਆ, ਜੇ ਉਹਨੂੰ ਪਤਾ ਲੱਗੂਗਾ ਮੇ ਬੀ ਸ਼ਾਇਦ ਕੁਛ ਵੀ ਹੋ ਸਕਦਾ ਨਾ। ਬਾਕੀ ਮੈਨੂੰ ਲੱਗਦਾ ਨਹੀਂ ਹੈ ਜਿਹੜੇ ਮੈਨੂੰ ਸਾਈਨ ਵੀ ਕਰਨਗੇ ਜਾਂ ਜਿਨ੍ਹਾਂ ਨੇ ਮੇਰੇ ਨਾਲ ਕੰਮ ਕਰਨਾ ਫਿਲਮ ਕਰਨੀ ਆ ਕੁਛ ਵੀ ਕਰਨਾ ਹੈ ਨਾ, ਤਾਂ ਉਹ ਆਪ ਵਧੀਆ ਹੋਣਗੇ, ਉਹਨਾਂ ਨੇ ਕਹਿਣਾ ਯਾਰ ਹਾਂ ਆਪਾਂ ਸਹੀ ਆ ਨਾ, ਅਤੇ ਸਾਨੂੰ ਕਿਉਂਕਿ ਮੈਂ ਹੁਣ ਇਹ ਇਸ ਫਿਲਮ ਦੀ ਗੱਲ ਕਰਦਾ ਕਦੇ ਹਾਂ ਕਦੇ ਨਾ, ਸਾਡੀ ਫਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਇੰਨੇ ਚੰਗੇ ਨੇ ਨਾ, ਮੈਂ ਇਹਨਾਂ ਦੀ ਪਿੱਠ 'ਤੇ ਵੀ ਕਈ ਵੇਲੇ ਤਾਰੀਫ ਕਰ ਦਿੰਦਾ। ਇਹ ਨਹੀਂ ਹੈ ਕਿ ਮੈਂ ਇਹਨਾਂ ਦੇ ਹੁਣ ਇਸ ਵੇਲੇ ਮੂਵੀ ਪ੍ਰਮੋਸ਼ਨ 'ਤੇ ਹਾਂ, ਬਟ ਇੱਦਾਂ ਦੀ ਮੈਂ ਹੁਣ ਨੈਕਸਟ ਮੂਵੀ ਵੀ ਇਹਨਾਂ ਨਾਲ ਪਲਾਨ ਹੋ ਰਹੀ ਆ ਮੇਰੀ, ਹੈ ਨਾ, ਕਿਉਂਕਿ ਜੇ ਤਾਂ ਹੁੰਦੀ ਆ ਜਦੋਂ ਬੰਦਾ ਇਨਸਾਨ ਵਧੀਆ ਹੁੰਦਾ ਹੈ ਨਾ, ਅਤੇ ਜੇ ਉਹਨਾਂ ਨੂੰ ਮੈਂ ਵਧੀਆ ਲੱਗਾ ਤਾਂ ਉਹਨਾਂ ਨੇ ਮੇਰੇ ਨਾਲ ਨੈਕਸਟ ਮੂਵੀ ਕਰਨੀ ਆ, ਜੇ ਮੈਨੂੰ ਉਹ ਵਧੀਆ ਲੱਗਣਗੇ ਮੈਂ ਤਾਂ ਕਰੂੰਗਾ। ਅਤੇ ਹੁਣ ਕੀ ਹੈ ਉਹਨਾਂ ਨਾਲ ਇੰਨਾ ਵਧੀਆ ਪਿਆਰ ਆ, ਇੰਨਾ ਵਧੀਆ ਫੈਮਿਲੀ ਨੇਚਰ ਉਹਨਾਂ ਨੇ ਕਦੇ ਸਾਡੇ ਮਤਲਬ ਟੀਮ ਦੇ ਵਿੱਚੋਂ ਕਦੇ ਵੀ ਸੰਜਨਾ ਜੀ ਨੂੰ ਜਾਂ ਹੋਰ ਵੀ ਜਿੰਨੀਆਂ ਵੀ ਫੀਮੇਲਸ ਸਾਡੇ ਸੈੱਟ 'ਤੇ ਸੀਗੀਆਂ, ਕੋਈ ਮੇਕਅਪ ਆਰਟਿਸਟ ਲਾ ਲਓ ਜਾਂ ਕੋਈ ਵੀ ਗੁਣੇ, ਕਦੇ ਵੀ ਕਿਸੇ ਨੂੰ ਗਲਤ ਨਹੀਂ ਬੋਲਿਆ, ਕਦੇ ਗਲਤ ਨਹੀਂ ਦੇਖਿਆ, ਸਿਰਫ ਕੰਮ ਨਾਲ ਰੱਖਿਆ, ਰਿਸਪੈਕਟ ਕੀਤੀ ਆ ਹਰੇਕ ਦੀ। ਅਤੇ ਮੈਂ ਵੀ ਇਹੀ ਚਾਹੁੰਦਾ ਕਿ ਜਿਹੜਾ ਅੱਗੇ ਵੀ ਓਬਵੀਅਸਲੀ ਜਿਹੜਾ ਮੈਨੂੰ ਅੱਗੇ ਕੰਮ ਕਰੂਗਾ ਉਹ ਆਪ ਵੀ ਵਧੀਆ ਚੰਗਾ ਹੀ ਹੋਊਗਾ, ਮੈਂ ਤਾਂ ਇਹੀ ਚਾਹੁੰਦਾ ਜੀ। ਇੱਕ ਆਖਰੀ ਸਵਾਲ, ਫਿਲਮ 3 ਸਤੰਬਰ ਨੂੰ ਹੁਣ ਫਾਈਨਲੀ ਰਿਲੀਜ਼ ਹੋ ਰਹੀ ਹੈ, ਕਦੇ ਹਾਂ ਕਦੇ ਨਾ, ਅਤੇ ਫਿਲਮ ਦੇ ਵਿੱਚ ਤੁਸੀਂ ਟ੍ਰੇਲਰ ਅਤੇ ਕਮੈਂਟ ਤਾਂ ਦੇਖ ਹੀ ਲਏ ਹੋਣੇ ਕਿ ਕਾਫੀ ਅੱਛੇ ਕਮੈਂਟਸ ਜਿਹੜੇ ਆ ਰਹੇ ਨੇ, ਕੋਈ ਕਮੈਂਟ ਜਿਹਦਾ ਤੁਸੀਂ ਸਪੈਸ਼ਲ ਮੈਂਸ਼ਨ ਕਰਨਾ ਚਾਹੋ ਜਿਹੜਾ ਤੁਹਾਨੂੰ ਬਹੁਤ ਅੱਛਾ ਲੱਗਿਆ ਹੋਵੇ ਅਤੇ ਕੀ ਕਹਿਣਾ ਚਾਹੋਗੇ ਆਪਣੇ ਫੈਨਸ? ਕਮੈਂਟ ਤਾਂ ਜੀ ਸਾਰੇ ਇੱਕੋ ਜਿਹੇ ਹੁੰਦੇ ਨੇ, ਸਾਰੇ ਬਸ ਲਵ ਯੂ ਜੀ, ਸਪੋਰਟ ਆ ਜੀ, ਸਾਰਾ ਕੁਝ ਹੈ। ਅਤੇ ਮੈਂ ਸਾਰਿਆਂ ਨੂੰ ਬਸ ਇਹੀ ਕਹਿੰਦਾ ਕਿ 3 ਦਸੰਬਰ ਨੂੰ ਜਾ ਕੇ ਤੁਸੀਂ ਮੂਵੀ ਜ਼ਰੂਰ ਦੇਖੋ, ਕਦੇ ਹਾਂ ਕਦੇ ਨਾ, ਸਿੰਘੇ ਦੀ ਨਵੀਂ ਜਰਨੀ ਆ, ਨਵਾਂ ਸਟੈਪ ਆ ਲਾਈਫ ਦੇ ਵਿੱਚ, ਅਤੇ ਤੁਸੀਂ ਸਾਰੇ ਜਾਣੇ ਪਿਆਰ ਦਿਓ, ਆਸ਼ੀਰਵਾਦ ਦਿਓ, ਆਪਣੀ ਫੈਮਿਲੀ ਨਾਲ ਜਾਓ, ਦਾਦੇ ਪੋਤੇ ਫੈਮਿਲੀ ਨੂੰ ਲੈ ਕੇ ਜਾਓ, ਕਿਉਂਕਿ ਫੈਮਿਲੀ ਵਾਲੀ ਫਿਲਮ ਆ। ਅਤੇ ਇੱਕ 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 ਤੁਹਾਨੂੰ ਨਵੀਂ ਚੀਜ਼ ਵੀ ਮੈਂ ਚਲੋ ਨਵੀਂ ਚੀਜ਼ ਵੀ ਦੇਖਣ ਨੂੰ ਮਿਲੇਗੀ, ਅਤੇ ਇੱਕ ਮੇਰੀ ਮੈਂ ਜੋ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਤਾਂ ਤੁਸੀਂ ਮੈਨੂੰ ਇੱਕ ਮੌਕਾ ਜ਼ਰੂਰ ਦਿਓ। ਥੈਂਕ ਯੂ, ਤੁਹਾਡੇ ਫੈਨਸ ਤੁਹਾਨੂੰ ਜ਼ਰੂਰ ਸਪੋਰਟ ਕਰਨਗੇ ਜਿਸ ਤਰ੍ਹਾਂ ਫਿਲਮ ਦੇ ਟ੍ਰੇਲਰ ਅਤੇ ਗਾਣੇ ਨੂੰ ਰਿਸਪੋਂਸ ਮਿਲ ਰਿਹਾ। ਕੰਗਰੈਚੁਲੇਸ਼ਨਸ ਐਂਡ ਥੈਂਕ ਯੂ ਸੋ ਮਚ ਫੋਰ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ। ਸੋ ਜੀ, ਫਿਲਮ ਸਿੰਘਾ ਬੋਲਦਾ ਜਲਦ ਹੀ ਰਿਲੀਜ਼ ਹੋਣ ਵਾਲੀ ਹੈ, 3 ਦਸੰਬਰ ਨੂੰ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋ ਰਹੀ ਹੈ। ਜਸਟ ਗੋ ਐਂਡ ਵਾਚ ਨੀਅਰ ਸਿਨੇਮਾਸ।